press the bell icon and never miss a video from newsnumber.com. ਜਲਾਓਏ ਇਹਨੂੰ ਲਾਟੂ ਕਹਿੰਦੇ ਨੇ ਤੇ ਇੱਜ਼ਤ ਮਾਣਾ ਚੀਜ਼ਾਂ ਨਾਲ ਹੁੰਦੀ ਹੈ ਆ ਮੁੱਛਾਂ ਨਾਲ ਹੀ ਹੁੰਦੀ ਢਿੱਡੀ ਮੋਏ ਸਾਰੇ ਬੰਦੇ ਬੈਠੇ ਇੱਥੇ ਇਹਨਾਂ ਸਾਹਮਣੇ ਜ਼ੁਬਾਨ ਕਰ ਲੋ ਜੇ ਮੈਂ 3 ਮਹੀਨਿਆਂ 'ਚ ਆਪਣੇ ਪਿੰਡ ਬਿਜਲੀ ਲਵਾਤੀ ਫਿਰ ਤਾਂ ਰਿਸ਼ਤਾ ਕਰੋਗੇ ਨਾ ਕਰ ਲੈ ਇਹਦੀ ਗਲਤ ਫਹਿਮੀ ਦੂਰ ਸੋ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਨਿਊਜ਼ ਨੰਬਰ ਇਸ ਮੂਵੀ ਲਾਟੂ ਮੂਵੀ ਦਾ ਅਫੀਸ਼ੀਅਲ ਮੀਡੀਆ ਪਾਰਟਨਰ ਹੈਗਾ ਅਤੇ ਹੁਣ ਮੇਰੇ ਨਾਲ ਖੜੇ ਨੇ ਸਰਦਾਰ ਸੋਹੀ ਸਰ ਜਿਹੜੇ ਕਿ ਪੰਜਾਬੀ ਮੂਵੀਸ ਜਾਣ ਹੈਗੇ ਆ ਉਹਨਾਂ ਦੇ ਡਾਇਲੋਗਸ ਕੋਮਿਕ ਟਾਈਮਿੰਗ ਬਹੁਤ ਹੀ ਬਾ ਕਮਾਲ ਹੁੰਦੇ ਆ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਲਾਟੂ ਮੂਵੀ ਤੁਹਾਡਾ ਕਨਸੈਪਟ ਜਿਹੜਾ ਹੈਗਾ ਤੁਹਾਨੂੰ ਕਿੱਦਾਂ ਪਰਸਨ ਵੈਸੇ ਹੁਣੇ ਆਪਾਂ ਪ੍ਰੈਸ ਕਾਨਫਰੰਸ ਵਿੱਚ ਸੁਣਿਆ ਬਹੁਤ ਹੀ ਵਧੀਆ ਕਨਸੈਪਟ ਹੈ ਤੁਹਾਨੂੰ ਇਸ ਮੂਵੀ ਦੇ ਵਿੱਚੋਂ ਕੀ ਮਤਲਬ ਬਾਕੀਆਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਸੇਜ ਇਹ ਹੈ ਕਿ ਲਾਟੂ ਜਿਸ ਤਰ੍ਹਾਂ ਘਰਾਂ 'ਚ ਰੋਸ਼ਨੀ ਕਰਦਾ ਉਸੇ ਤਰ੍ਹਾਂ ਹੀ ਸਾਡੀ ਫਿਲਮ ਜਿਹੜੀ ਲਾਟੂ ਉਹ ਦਿਲਾਂ 'ਚ ਰੋਸ਼ਨੀ ਕਰੂਗੀ ਤੁਹਾਡਾ ਹਨੇਰਾ ਜਿਹੜਾ ਅੰਦਰ ਦਿਲੋਂ ਦਿਮਾਗ 'ਚ ਹਨੇਰਾ ਉਹ ਦੂਰ ਕਰੂਗੀ ਜਿਹੜੀ ਅੱਜ ਦੀ ਯੰਗ ਜਨਰੇਸ਼ਨ ਹੈ ਉਹਨੂੰ ਪਿੰਡਾਂ 'ਚ ਬਿਜਲੀ ਕਿਵੇਂ ਆਈ ਉਹਨੂੰ ਕਈਆਂ ਨੂੰ ਤਾਂ ਇਹ ਨਹੀਂ ਪਤਾ ਲਾਟੂ ਕੀ ਹੁੰਦਾ ਬਲਬ ਨੂੰ ਹੈਲੋ ਸੁਣਨ ਵਾਲਿਆਂ ਨੂੰ ਦੱਸਦਾ ਇਹ ਜਿਹੜਾ ਬਲਬ ਹੈ ਨਾ ਮੇਰੇ ਦਿਲ ਰੋਸ਼ਨੀ ਕਰ ਰਹੇ ਇਹਨੂੰ ਲਾਟੂ ਕਿਹਾ ਜਾਂਦਾ ਸ਼ਕਲ ਦੀ ਜਿਹੜਾ ਲਾਟੂ ਘੁੰਮਣ ਵਾਲਾ ਹੁੰਦਾ ਸੀ ਨਾ ਉਹਦੇ ਵਰਗੀ ਸ਼ਕਲ ਹੈ ਇਸ ਕਰਕੇ ਸ਼ਾਇਦ ਲਾਟੂ ਨਾਂ ਰੱਖਿਆ ਹੋਵੇ ਬਜ਼ੁਰਗਾਂ ਨੇ ਸੋ ਲਾਟੂ ਇਹ ਚੀਜ਼ ਹੈ ਫਿਲਮ ਇੰਨੀ ਖੂਬਸੂਰਤ ਬਣੀ ਹੈ ਇਹ ਸਬਜੈਕਟ ਹੁਣੇ ਜੇ ਪਿੱਛੇ ਰੌਲਾ ਪੈਦਾ ਕਿ ਇੱਕੋ ਤਰ੍ਹਾਂ ਦੀਆਂ ਫਿਲਮਾਂ ਬਣੀ ਜਾ ਰਹੇ ਨੇ ਵਿਆਹ ਦੇ ਬਣੇ ਜਾ ਰਹੇ ਨੇ ਉਹ ਬਣੀ ਜਾ ਰਹੀ ਪਰ ਇਹ ਫਿਲਮ ਨਹੀਂ ਬਣੀ ਅਜੇ ਤੱਕ ਜਿਹੜੇ ਸਾਡੀ ਸਾਇੰਸ ਨਾਲ ਵੀ ਜੁੜੀ ਹੋਈ ਹੈ ਤਕਨੀਕ ਨਾਲ ਜੁੜੀ ਹੋਈ ਹੈ ਨਵੀਂ ਇੱਕ ਖੋਜ ਹੋਈ ਸੀ ਕਿ ਬਿਜਲੀ ਕਿਵੇਂ ਬਣਦੀ ਹੈ ਔਰ ਪਾਣੀ 'ਚੋਂ ਬਿਜਲੀ ਕੱਢਣੀ ਇਹ ਜਿਹੜੀਆਂ ਕੋਮੇਡੀ ਇੱਕ ਕੋਮੇਡੀ ਪੰਚ ਹੈ ਇਹ ਪਿੰਡਾਂ ਦੇ ਜ਼ਿਮੀਂਦਾਰ ਉਸ ਜ਼ਮਾਨੇ 'ਚ ਜਦੋਂ ਬਿਜਲੀ ਆਈ ਤਾਂ ਇਸ ਮਹਿਕਮੇ ਨਾਲ ਲੜਨ ਲੱਗ ਗਏ ਸੀ ਕਿ ਸਾਡਾ ਤਾਂ ਪਾਣੀ ਦੀ ਤਾਕਤ ਤਾਂ ਕੱਢ ਲਈ ਵਿੱਚੋਂ ਬਿਜਲੀ ਕੱਢ ਲਈ ਹੁਣ ਇਹ ਪਾਣੀ ਸਾਡੇ ਖੇਤਾਂ ਦੀਆਂ ਫਸਲਾਂ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ ਵਿੱਚੋਂ ਬਿਜਲੀ ਨਿਕਲ ਗਈ ਅਸੀਂ ਨਹੀਂ ਜੀ ਇਹ ਪਾਣੀ ਲਾਉਣਾ ਸੋ ਇਸ ਤਰ੍ਹਾਂ ਦੇ ਹਾਵ ਭਾਵ ਆਮ ਲੋਕਾਂ ਦੇ ਹੁੰਦੇ ਸੀਗੇ ਪਰ ਇਹ ਬਿਜਲੀ ਨੇ ਇਸ ਲਾਈਟ ਨੇ ਸਾਡੀ ਜ਼ਿੰਦਗੀ 'ਚ ਇੰਨੀ ਰੌਸ਼ਨੀ ਭਰਤੀ ਹੁਣ ਜੇ ਕਦੇ 5 ਮਿੰਟ ਵਾਸਤੇ ਲਾਈਟ ਔਫ ਹੋ ਜਾਂਦੀ ਹੈ ਹਾਹਾਕਾਰ ਮਚਦੀ ਹੈ ਸਾਰੇ ਸ਼ਹਿਰ 'ਚ ਸ਼ਹਿਰੀ ਜ਼ਿੰਦਗੀ ਤਾਂ ਬਿਲਕੁਲ ਹੀ ਮਤਲਬ ਚੱਕਾ ਜਾਮ ਅਗਰ ਲਾਈਟ ਚਲੀ ਜਾਂਦੀ ਹੈ ਸੋ ਉਹ ਜਿਹੜੀ ਚੀਜ਼ ਦੀ ਇੰਨੀ ਮਹੱਤਤਾ ਹੈ ਉਹਦੇ 'ਤੇ ਫਿਲਮ ਬਣੀ ਹੈ ਤਾਂ ਲਾਜ਼ਮੀ ਹੈ ਇਸ ਫਿਲਮ ਨੂੰ ਵੀ ਲੋਕ ਉਨੀ ਹੀ ਮਹੱਤਤਾ ਦੇਣਗੇ ਅੱਜ ਕੱਲ੍ਹ ਤਾਂ ਲਾਈਟ ਚਲੇ ਜਾਣ ਦਾ ਸਭ ਤੋਂ ਪਹਿਲਾਂ ਇੱਕ ਡਰ ਹੁੰਦਾ ਕਿ ਯਾਰ ਮੇਰਾ ਫੋਨ ਕਿੱਦਾਂ ਚਾਰਜ ਹੋਊਗਾ ਯੈਸ ਇਹ ਉਸ ਤੋਂ ਅੱਗੇ ਦੀ ਇਨਵੈਂਸ਼ਨ ਹੈ ਇਹ ਬਿਜਲੀ ਆਉਣ ਤੋਂ ਅੱਗੇ ਦੀ ਸ਼ਾਇਦ ਇਹਦੇ 'ਤੇ ਵੀ ਫਿਲਮ ਬਣ ਜਾਵੇ ਹੈਂ ਮੋਬਾਈਲ 'ਤੇ ਸੋ ਸਰਦਾਰ ਸੋਹੀ ਸਰ ਮੇਰੇ ਨਾਲ ਖੜੇ ਹੋਏ ਨੇ ਟ੍ਰੇਲਰ ਤਾਂ ਤੁਸੀਂ ਸੁਣਿਆ ਹੋਣਾ ਡਾਇਲੋਗ ਮੁੱਛ ਵਾਲਾ ਸੋ ਮੈਂ ਹੁਣ ਇਹਨਾਂ ਕੋਲੋਂ ਡਾਇਲੋਗ ਨਾ ਸੁਣਿਆ ਤਾਂ ਕਦੇ ਹੋ ਨਹੀਂ ਸਕਦਾ ਹੁਣ ਪਹਿਲੇ ਮੈਂ ਇੱਕ ਮੁੱਛ ਵਾਲਾ ਡਾਇਲੋਗ ਆ ਉਹ ਸੁਣਨਾ ਚਾਹਾਂਗਾ ਮੁੱਛ ਵਾਲਾ ਡਾਇਲੋਗ ਸਾਹਮਣੇ ਵਾਲੇ ਦੇ ਜਦੋਂ ਮੁੱਛ 'ਤੇ ਰੱਖ ਕੇ ਨਾ ਛੁਹਾਰਾ ਜਦੋਂ ਮੈਂ ਮੁਕਾਬਲਾ ਜਿੱਦਾਂ ਉਸ ਤੋਂ ਬਾਅਦ ਸਾਹਮਣੇ ਵਾਲੇ ਬੰਦੇ ਨੂੰ ਕਿਉਂ ਗੱਜਣਾ ਖੜੇ ਨੂੰ ਗੱਡਤਾ ਨਾ ਧਰਤੀ 'ਚ ਬਾਤ ਹੈ ਸੋ ਅੱਜ ਅਸੀਂ ਤੁਹਾਨੂੰ ਕਰਵਾਇਆ ਇਹਨਾਂ ਨਾਲ ਗੱਲਬਾਤ ਅਤੇ ਸ਼ੁੱਕਰਵਾਰ ਨੂੰ ਮੂਵੀ ਚੱਲੇਗੀ ਲਾਟੂ ਅਤੇ ਤੁਸੀਂ ਲਾਟੂ ਦੇ ਪਬਲਿਕ ਰਿਵਿਊ ਵੀ ਨਿਊਜ਼ ਨੰਬਰ 'ਤੇ ਦੇਖ ਸਕਦੇ ਹੈਗੇ ਹੋ ਨਿਊਜ਼ ਨੰਬਰ ਇਜ਼ ਅਫੀਸ਼ੀਅਲ ਮੀਡੀਆ ਪਾਰਟਨਰ ਆਫ ਦਾ ਫਿਲਮ ਲਾਟੂ ਥੈਂਕ ਯੂ ਸੋ ਮਚ ਸਰ ਥੈਂਕ ਯੂ ਫਰੈਂਡ ਸਰ ਸਭ ਤੋਂ ਪਹਿਲੇ ਤਾਂ ਮੈਂ ਆਪਸੇ ਪੁੱਛਣਾ ਚਾਹੂੰਗੀ ਕਿ ਇਹ ਆਪਕੀ ਡੈਬਿਊ ਮੂਵੀ ਹੈ ਪੰਜਾਬੀ ਇੰਡਸਟਰੀ ਮੇਂ ਤੋ ਐਸਾ ਕੌਨ ਸਾ ਇੱਕ ਕਾਰਨ ਥਾ ਜਿਸ ਕੀ ਵਜ੍ਹਾ ਸੇ ਆਪਨੇ ਇਸ ਸਕ੍ਰਿਪਟ ਕੇ ਥਰੂ ਪੰਜਾਬੀ ਇੰਡਸਟਰੀ ਮੇਂ ਆਪਣਾ ਡੈਬਿਊ ਕੀਆ ਆਈ ਥਿੰਕ ਕਿ ਮੈਨੂੰ ਲੱਗਦਾ ਵੀ ਮੇਰੇ ਲਈ ਇਸ ਸਕ੍ਰਿਪਟ ਤੋਂ ਵਧੀਆ ਸਕ੍ਰਿਪਟ ਹੋ ਨਹੀਂ ਸੀ ਸਕਦੀ ਐਜ਼ ਏ ਡੈਬਿਊ ਕਰਨ ਲਈ ਐਂਡ ਆਈ ਫੀਲ ਲੱਕੀ ਦੈਟ ਆਈ ਐਮ ਡੂਇੰਗ ਦਿਸ ਮੂਵੀ ਸੋ ਰੀਜ਼ਨ ਇਜ਼ ਕਿ ਇਲੈਕਟ੍ਰੀਸਿਟੀ ਇਜ਼ ਏ ਵੈਰੀ ਬਿਗ ਟੋਪਿਕ ਅਤੇ ਜੇ ਅਸੀਂ ਅੱਜ ਇੱਥੇ ਗੱਲ ਵੀ ਕਰ ਰਹੇ ਹਾਂ ਤਾਂ ਉਹ ਵੀ ਇਲੈਕਟ੍ਰੀਸਿਟੀ ਕਰਕੇ ਹੀ ਕਰ ਰਹੇ ਹਾਂ ਸੋ ਨੋ ਵਨ ਨਿਊ ਈਵਨ ਆਈ ਨੈਵਰ ਹੈਡ ਐਨ ਆਈਡੀਆ ਕਿ ਇਲੈਕਟ੍ਰੀਸਿਟੀ ਪੰਜਾਬ 'ਚ ਕਿੱਦਾਂ ਆਈ ਕੀ ਚੀਜ਼ਾਂ ਹੋਈਆਂ ਹੋਣਗੀਆਂ ਕਿੱਦਾਂ ਇਹ ਲੋਕਾਂ ਨੂੰ ਦੱਸਿਆ ਗਿਆ ਹੋਊਗਾ ਵੀ ਇਲੈਕਟ੍ਰੀਸਿਟੀ ਕੀ ਹੈ ਜਦੋਂ ਵੀ ਪਹਿਲੀ ਕੋਈ ਇਨਵੈਂਸ਼ਨ ਹੁੰਦੀ ਹੈ ਲੋਕਾਂ ਨੂੰ ਕਨਵੇ ਕਰਨੀ ਥੋੜ੍ਹੀ ਜਿਹੀ ਔਖੀ ਹੁੰਦੀ ਹੈ ਸੋ ਉੱਦਾਂ ਹੀ ਇਹ ਟੋਪਿਕ ਮੇਰੇ ਪਰਸਨਲ ਫੇਵਰੇਟ ਟੋਪਿਕ ਹੈ ਮੇਰਾ ਸੋ ਆਈ ਡਿਡ ਦੈਟ ਮੂਵੀ ਸਰ ਇੱਕ ਇਹ ਚੀਜ਼ ਹੈ ਕਿ ਆਪਣੇ ਇਸ ਮੂਵੀ 'ਤੇ ਆਪਣਾ ਡੈਬਿਊ ਕੀਆ ਹੈ ਤਾਂ ਹਾਊ ਇਜ਼ ਯੋਰ ਜਰਨੀ ਬੀਨ ਮਿਊਜ਼ਿਕ ਇੰਡਸਟਰੀ ਸੇ ਐਕਟਰ ਬਣਨਾ ਤਾਂ ਕਿਸ ਤਰ੍ਹਾਂ ਕੀ ਆਪਕੀ ਜਰਨੀ ਰਹੀ
ਜਰਨੀ ਤਾਂ ਸਟਾਰਟ ਹੋਈ ਹੈ ਜੀ, ਮੇਰੇ ਕਿਹਾ ਦੀ ਜਰਨੀ ਹੈ ਜੀ, ਦਿਸ ਇਜ਼ ਦ ਫਸਟ ਮੂਵੀ ਆਈ ਐਮ ਡੂਇੰਗ, ਜਰਨੀ ਇਜ਼ ਟੂ ਲੋਂਗ, ਸੋ ਜਦੋਂ ਜਰਨੀ ਹੋਊਗੀ ਮੈਂ ਜਰਨੀ ਬਾਰੇ ਦੱਸੂੰਗਾ ਜੀ. ਆਈ ਕੈਨ ਓਨਲੀ ਟਾਕ ਅਬਾਊਟ ਮਾਈ ਸਿੰਗਿੰਗ ਕਰੀਅਰਸ ਜਰਨੀ ਵਿਚ ਵਾਜ ਰੀਅਲੀ ਨਾਈਸ, ਪਰ ਮੂਵੀ ਦੀ ਜਰਨੀ ਤਾਂ ਜੀ ਹੁਣ ਸਟਾਰਟ ਹੋਈ ਹੈ. ਸੋ ਲੈਟਸ ਸੀ ਆਪਾਂ ਅੱਗੇ ਅੱਗੇ ਕੀ ਕਰਦੇ ਹਾਂ. ਅਗਲੀ ਮੂਵੀ ਆ ਰਹੀ ਹੈ ਜੀ 11 ਵੇ, ਉਹ ਮੈਂ ਹੁਣੇ ਸ਼ੂਟ ਫਿਨਿਸ਼ ਕਰਕੇ ਹਟਿਆ. ਲਾਟੂ 16 ਤਰੀਕ ਨੂੰ ਇਸ ਨੂੰ ਰਿਲੀਜ਼ ਹੋ ਰਹੀ ਹੈ. ਸੋ ਯੈਸ, ਐਂਡ ਕਿਉਂਕਿ ਇਸਕੇ ਅੰਦਰ 1960s ਕਾ ਸਾਰਾ ਸੈਟਅਪ ਹੈ ਇਸ ਮੂਵੀ ਮੇਂ, ਤੋ ਕਿਤਨੀ ਪ੍ਰੈਪਰੇਸ਼ਨ ਆਪਕੋ ਆਪਣੀ ਤਰਫ ਸੇ ਕਰਨੀ ਪੜੀ ਇਸ ਕੈਰੇਕਟਰ ਮੇਂ ਢਲਨੇ ਕੇ ਲੀਏ? ਕਾਫੀ ਦੇਖੋ, ਮੈਂ ਅੱਜ ਦਾ ਮੁੰਡਾ ਜੀ 2018 ਚੱਲ ਰਿਹਾ, ਐਂਡ ਉਹਦੇ ਤੋਂ ਵੀ ਮੈਂ ਪਿਛਲੇ 10-15 ਸਾਲ ਤੋਂ ਬਾਹਰ ਰਿਹਾ, ਆਪਣੇ ਆਸਟ੍ਰੇਲੀਆ ਰਹਿ ਰਿਹਾ. ਸੋ ਤੁਸੀਂ ਪਿੱਛੇ 1952 'ਚ ਜਾਣਾ, 55 'ਚ ਜਾਣਾ, ਉਹ ਵੀ ਇੰਡੀਆ ਦੇ ਵਿੱਚ ਜਾਣਾ, ਤਾਂ ਉਹ ਇੱਕ ਇਟਸ ਵੈਰੀ ਚੈਲੇਂਜਿੰਗ. ਬਟ ਇਹ ਚੀਜ਼ ਮੇਰੇ ਲਈ ਬਹੁਤ, ਮਤਲਬ ਵੀ ਮੈਂ ਆਈ ਵਾਂਟਡ ਟੂ ਡੂ ਦੈਟ, ਪਰ ਮੈਂ ਲੱਕੀ ਮੰਨਦਾ ਆਪਦੇ ਆਪ ਨੂੰ ਵੀ ਮੈਂ ਉਹ ਐਰਾ ਦੇਖਿਆ, ਕਿਉਂਕਿ ਜੇ ਮੈਂ ਇਹ ਮੂਵੀ ਨਾ ਕਰਦਾ ਮੈਨੂੰ ਪਤਾ ਨਹੀਂ ਸੀ ਲੱਗਣਾ ਵੀ ਉੱਦਾਂ ਲੋਕ ਉਹ ਕਿੱਦਾਂ ਜਿਉਂਦੇ ਸੀ, ਕੀ ਕਰਦੇ ਸੀ. ਸੋ ਮੈਂ ਉਹ ਕਰੈਕਟਰ ਦੇ ਵਿੱਚ ਹੋ ਕੇ ਜਿਉਂਆ. ਇਸ ਫਿਲਮ ਮੈਂ ਆਪ ਕਿਸ ਤਰ੍ਹਾਂ ਦਾ ਕੈਰੇਕਟਰ ਨਿਭਾ ਰਹੇ ਹੈ, ਮੈਂ ਚਾਹੂੰਗੀ ਕਿ ਆਪ ਵਿਊਅਰਸ ਕੋ ਬਤਾਏ. ਮੇਰਾ ਨਾਂ ਸੱਤੂ ਆ ਜੀ, ਅਤੇ ਮੈਂ ਇੱਕ ਉਹ ਮੁੰਡਾ ਜਿਹੜਾ ਕਿ ਇੱਕ ਕੁੜੀ ਨੂੰ ਪਾਉਣ ਪਿੱਛੇ ਚੈਲੇਂਜ ਤਾਂ ਲੈ ਆਉਂਦਾ ਵੀ ਮੈਂ ਲਾਟੂ ਮੈਂ ਲਾ ਦੂੰ ਪਿੰਡ ਦੇ ਵਿੱਚ, ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਜਗਦਾ ਕਿਵੇਂ ਆ, ਇਹਨੂੰ ਕੀ ਹੁੰਦਾ ਕੀ ਨਹੀਂ ਹੁੰਦਾ. ਐਂਡ ਆਫਟਰ ਉਹ ਚੈਲੇਂਜ ਤੋਂ ਬਾਅਦ ਉਹਨੂੰ ਰਿਅਲਾਈਜ਼ ਹੁੰਦਾ ਵੀ ਇਹ ਤਾਂ ਬਿਜਲੀ ਆ ਕੋਈ ਚੀਜ਼, ਬਿਜਲੀ ਵਾਲਿਆਂ ਦੇ ਥਰੂ ਜਾਣਾ ਪੈਂਦਾ. ਫਿਰ ਕਿੰਨੇ ਉਹਦੇ ਘਰ ਦੇ ਜਿਹੜੇ ਆ, ਬਾਪੂ ਮੇਰਾ ਕਹਿੰਦਾ ਵੀ ਮੇਰੀ ਲਾਸ਼ ਤੋਂ ਬਾਅਦ ਹੀ ਬਿਜਲੀ ਲੱਗੂ, ਉੱਧਰੋਂ ਜਿਹਦੇ ਤੋਂ ਬਿਜਲੀ ਲੈਣੀ ਆ ਉਹ ਵੀ ਉਸੇ ਕੁੜੀ ਨੂੰ ਪਿਆਰ ਕਰਦਾ, ਉਹ ਬਿਜਲੀ ਕਿੱਥੋਂ ਦਊ ਜਿਹਨੂੰ ਪਤਾ ਹੀ ਆ ਵੀ ਜਦੋਂ ਇਹਨੇ ਲਵਾ ਲਿਆ ਉਸ ਕੁੜੀ ਨੂੰ ਲੈ ਜਾਣਾ. ਸੋ ਜਿਸ ਤਰ੍ਹਾਂ ਪੋਸਟਰ 'ਚ ਦੇਖਿਆ ਵੀ ਤਾਰਾਂ 'ਚ ਮੈਨੂੰ ਬੰਨਿਆ ਹੋਇਆ, ਸੋ ਮੈਂ ਕਾਫੀ ਘਿਰਿਆ ਹੋਇਆ ਇਹਦੇ ਵਿੱਚ. ਅਤੇ ਪਰ ਕੁਆਇਟ ਫਨੀ ਕਰੈਕਟਰ ਆ ਜੀ ਮੇਰਾ, ਕਿਉਂਕਿ ਮੈਂ ਤਾਂ ਉਹ ਜਿਵੇਂ ਜੋ ਕਹਿ ਦਿੰਦਾ ਉਵੇਂ ਕਰ ਦਿੰਦਾ. ਸੋ ਕਰਮਜੀਤ ਬਾਈ ਮੈਨੂੰ ਜੋ ਜੋ ਕਰਾਈ ਜਾਂਦਾ ਮੈਂ ਉਵੇਂ ਉਵੇਂ ਕਰੀ ਜਾਂਦਾ. ਠੀਕ ਹੈ, ਤੋ ਆਪ ਵਿਊਅਰਸ ਕੋ ਕਿਆ ਕਹਿਣਾ ਚਾਹੇਂਗੇ ਕਿ ਕਿਉਂ ਉਹਨੇ ਜਾ ਕੇ 16th ਕੋ ਇਹ ਮੂਵੀ ਦੇਖਣੀ ਚਾਹੀਏ, 16th ਆਫ ਨਵੰਬਰ? ਦੇਖੋ ਸਾਰੇ ਜਿਹੜੇ ਵੀ ਮੂਵੀ ਬਣਾਉਂਦੇ ਹੁੰਦੇ ਆ ਉਹ ਇੱਦਾਂ ਹੀ ਕਹਿੰਦੇ ਹੁੰਦੇ ਸਾਡੀ ਮੂਵੀ ਦੇਖ ਕੇ ਆਇਓ, ਸੋ ਉੱਦਾਂ ਹੀ ਮੈਂ ਕਹਿਣਾ ਵੀ ਸਾਡੀ ਮੂਵੀ ਦੇਖ ਕੇ ਆਇਓ. ਪਰ ਇਹਦੇ ਵਿੱਚ ਇਲ ਬੀ ਵੈਰੀ ਇਨਫੋਰਮੇਟਿਵ ਫੋਰ ਯੂ, ਤੁਹਾਡੀ ਫੈਮਿਲੀ ਲਈ, ਤੁਹਾਡੇ ਕਿਡਸ ਲਈ ਜਾਂ ਤੁਹਾਡੇ ਮਾਂ ਪਿਓ ਲਈ. ਇਹ ਜ਼ਰੂਰੀ ਆ ਕਿ ਤੁਸੀਂ ਇਹ ਮੂਵੀ ਦੇਖ ਕੇ ਆਇਓ, ਕਿਉਂਕਿ ਇਹਦੇ ਵਿੱਚ ਦਿਸ ਇਜ਼ ਦ ਫਸਟ ਮੂਵੀ ਔਨ ਇਲੈਕਟ੍ਰੀਸਿਟੀ ਇਨ ਪੰਜਾਬੀ ਮੂਵੀ ਵਰਲਡ. ਸੋ ਜ਼ਰੂਰ ਜਾ ਕੇ ਦੇਖ ਕੇ ਆਇਓ. ਐਂਡ ਇਹਦੇ 'ਚ ਕੋਈ ਰਿਐਲਿਟੀ ਨਾਲ ਅਸੀਂ ਇਲੈਕਟ੍ਰੀਸਿਟੀ ਜਿੱਦਾਂ ਦੀ ਉੱਦਾਂ ਉਦੋਂ ਇਲੈਕਟ੍ਰੀਸਿਟੀ ਆਈ ਸੀ ਉਵੇਂ ਆਪਾਂ ਲਿਆਂਦੀ ਆ ਬਿਜਲੀ. ਅਤੇ ਇਹ ਚੀਜ਼ ਤੁਹਾਨੂੰ ਹਾਸੇ, ਖੇਡੇ, ਪਿਆਰ, ਤਕਰਾਰ, ਮਾਂ ਪਿਓ ਦਾ ਪਿਆਰ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਉਹਦੇ ਵਿੱਚ ਦਿਸਣਗੀਆਂ. ਸੋ ਹੁਣ ਮੇਰੇ ਨਾਲ ਖੜ੍ਹੇ ਨੇ ਬੋਲੀਵੁੱਡ ਦੇ ਉਹ ਮਹਾਨ ਹਸਤੇ ਜਿਨ੍ਹਾਂ ਦੀ ਕੌਮਿਕ ਟਾਈਮਿੰਗ ਇੰਨੀ ਕੁ ਵਧੀਆ ਹੁੰਦੀ, ਜਿਹਨੇ ਮੈਨੂੰ ਖੁਦ ਨੂੰ ਬਹੁਤ ਪਸੰਦ ਹੈਗੀ. ਸਭ ਤੋਂ ਪਹਿਲੇ ਤਾਂ ਮੈਂ ਉਹਨਾਂ ਕੋਲ ਕੋਈ ਨਾ ਕੋਈ ਪੰਚ ਲਾਈਨ ਜਾਂ ਕੋਈ ਡਾਇਲੋਗ ਸੁਣਨਾ ਚਾਹਾਂਗਾ. ਪਰਸਨਲੀ ਮੇਰਾ ਫੇਵਰੇਟ. ਸਤਿ ਸ਼੍ਰੀ ਅਕਾਲ ਵੀਰੇ, ਅਤੇ ਹੋਰ ਸੁਣਾਓ, ਸਭ ਠੀਕ ਠਾਕ? ਹਾਂਜੀ ਸਭ ਵਧੀਆ. ਫਿਲਮ ਮੈਂ ਤੁਸੀਂ ਬਾਕੀ ਵੀ ਦੇਖੀਆਂ ਹੈ ਨਾ, ਇਹ ਵੀ ਇੱਕ ਬਹੁਤ ਵਧੀਆ ਫਿਲਮ ਹੈ ਲਾਟੂ, 16 ਨਵੰਬਰ 'ਚ ਔਰ ਲੱਗੂਗਾ ਸਾਰੇ ਪਾਸੇ ਲਾਟੂ ਦੀ ਰੋਸ਼ਨਾਈ ਹੋਏਗੀ. ਔਰ ਵਿੱਚ ਆਪਾਂ ਇਹਦੇ ਵਿੱਚ ਡਿਫਰੈਂਟ ਕੰਮ ਕੀਤਾ ਹੈ ਨਾ, ਮੈਂ PN ਦਾ ਕੰਮ ਕੀਤਾ, ਮੈਂ PN ਹਾਂ ਔਰ JEE ਦੇ ਨਾਲ ਉਹਨੇ. ਸੋ ਬਹੁਤ ਵਧੀਆ ਮੂਵੀ ਹੈ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ. ਔਰ ਮੈਂ ਲੋਕਾਂ ਵੱਲੋਂ, ਪੂਰੀ ਆਵਾਮ ਵੱਲੋਂ ਇਹ ਤਵੱਕੋ ਕਰਦਾ ਕਿ ਇਹ ਫਿਲਮ ਤੁਸੀਂ ਜ਼ਰੂਰ ਦੇਖਣ ਜਾਇਓ, ਕਿਉਂਕਿ ਲਾਟੂ ਹੈ ਇੱਕ ਸਬਜੈਕਟ ਲੈ ਕੇ ਆਏ ਹਾਂ ਵੀ ਲਾਟੂ ਇਲੈਕਟ੍ਰੋਨਿਕ ਕਿੱਦਾਂ ਆਈ ਹੈ ਨਾ, ਇਲੈਕਟ੍ਰੀਸਿਟੀ ਕਿੱਦਾਂ ਆਈ ਹੈ, ਉੱਥੋਂ ਫਿਰ ਇਲੈਕਟ੍ਰੋਨਿਕ ਚੀਜ਼ਾਂ ਕਿਵੇਂ ਬਣੀਆਂ. ਸੋ ਲਾਟੂ ਇੱਕ ਬਹੁਤ ਵਧੀਆ ਸਬਜੈਕਟ ਆ, ਜੇ ਲਾਟੂ ਜਗਦਾ ਭੰਗੜੇ ਪੈਂਦੇ, ਲੁੱਟੀਆਂ ਪੈਂਦੀਆਂ. ਮੈਂ ਫਿਰ ਲਾਟੂ ਲੈ ਕੇ ਆਪਾਂ ਉਹਨੇ, ਮੈਂ ਕਿਹਾ ਪਰ ਅੜ ਜਾਓ, ਓਏ ਹੱਥ ਨਾ ਲਾਓ, ਹੈ ਲਾਟੂ ਹੈ, ਊਈ ਹੱਥ ਲਾਈ ਜਾਣਾ ਧੋਤੇ ਕਹਿਣਾ. ਸੋ ਇਸ ਕਰਕੇ ਬਾਈ ਬਹੁਤ ਵਧੀਆ ਹੈ. ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ, ਪਲੀਜ਼ ਲਾਟੂ ਨੂੰ ਇੰਨਾ ਕੁ ਪਿਆਰ ਦਿਓ, ਕਿਉਂਕਿ ਤੁਹਾਡੇ ਘਰ ਵੀ ਲਾਟੂ ਜਗਦਾ ਔਰ ਬਾਹਰ ਵੀ ਲਾਟੂ ਜਗਦਾ, ਔਰ ਲਾਟੂ ਲਾਟੂ ਹੋ ਜਾਏ. 16 ਨਵੰਬਰ ਨੂੰ ਇਹ ਫਿਲਮ ਰਿਲੀਜ਼ ਹੋਣ ਜਾ ਰਹੀ ਹੈ, ਔਰ ਟ੍ਰੇਲਰ ਨੂੰ ਤੁਸੀਂ ਬਹੁਤ ਪਿਆਰ ਦਿੱਤਾ, ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ. ਔਰ ਮਾਨਵ ਸ਼ਾਹ ਦੀ ਇਹ ਪਹਿਲੀ ਐਜ਼ ਏ ਡਾਇਰੈਕਸ਼ਨ ਕੰਮ ਕੀ, ਉਹਨਾਂ ਦੀ ਪਹਿਲੀ ਫਿਲਮ ਆ, ਔਰ ਬਹੁਤ ਵਧੀਆ ਉਹਨਾਂ ਨੇ ਕੰਮ ਕਰਵਾਇਆ ਸਾਡੇ ਤੋਂ. 16 ਤਰੀਕ ਨੂੰ ਭਾਅ ਜੀ ਲਾਟੂ ਦੇਖੋ ਕਦੋਂ ਜਗਦਾ. 16 ਨੂੰ ਪੂਰੇ ਪੂਰੇ ਲਾਟੂ ਜਗਣੇ ਹੈਗੇ. ਅਤੇ ਹੁਣ ਤੁਹਾਡਾ ਇੱਕ ਪਰਸਨਲ ਫੇਵਰੇਟ ਕੋਈ ਡਾਇਲੋਗ ਤੁਸੀਂ ਸਾਨੂੰ ਸੁਣਾ ਸਕੋ, ਜੇ ਨਾਲ ਤਾਂ ਖੜੇ ਹੋ ਹੀ ਗਏ ਹੋਏ ਆ, ਅਸੀਂ ਮੌਕਾ ਨਹੀਂ ਗਵਾਉਣਾ ਇਸੇ ਮੂਵੀ ਦੇ ਵਿੱਚੋਂ, ਇਸ ਲਾਟੂ ਮੂਵੀ ਦੇ ਵਿੱਚੋਂ ਤੁਹਾਡਾ ਕੋਈ ਪਰਸਨਲ ਫੇਵਰੇਟ ਡਾਇਲੋਗ? ਯਾਰ ਇੱਦਾਂ ਫਿਰ ਡਾਇਲੋਗ ਯਾਰ ਪਹਿਲਾਂ ਸੁਣੂੰਗਾ, ਇੱਕ ਡਾਇਲੋਗ ਸਿਰਫ, ਭਾਵੇਂ ਇੱਕ ਲਾਈਨ ਹੋ ਜਾਵੇ ਉਸ, ਹੈ ਨਾ,
ਕਹਿੰਦਾ ਕਮਾਲ ਕਰਦੇ ਸਰਦਾਰ ਜੀ, ਤੁਸੀਂ ਇੱਥੇ ਗੱਡੀਆਂ ਸੈੱਟ ਕਰੀ ਜਾਂਦੇ, ਤੁਸੀਂ ਰਿਸ਼ਤੇਦਾਰੀਆਂ ਪਾਲੀ ਜਾਂਦੇ, ਓਏ ਉੱਧਰੋਂ ਬਰਫੀ ਵਾਂਗੂ ਹਲਵਾਈ ਦੀ ਬਰਫੀ ਵਾਂਗੂ ਲੱਕੜਾਂ ਤੇ ਲੱਕੜਾਂ ਚਿਣੀ ਜਾਂਦਾ, ਕੁਛ ਕਰ ਲਾ ਜੀ ਸਾਹਿਬ। ਕਿਆ ਬਾਤ ਹੈ, ਇੱਥੋਂ ਅੰਦਾਜ਼ਾ ਲਗਾ ਲਓ ਮੂਵੀ ਦੀ ਡਾਇਲੋਗਸ ਕੋਮਿਕ ਟਾਈਮਿੰਗ ਬਹੁਤ ਵਧੀਆ ਹੋਣੀ ਵਾਲੀ। ਜਿੱਦਾਂ ਮੈਂ ਪਹਿਲੇ ਵੀ ਕਿਹਾ, ਇਹਨਾਂ ਦੀ ਕੋਮਿਕ ਟਾਈਮਿੰਗ ਸਭ ਤੋਂ ਬੈਸਟ ਹੁੰਦੀ ਹੈ। ਸੋ ਥੈਂਕ ਯੂ ਸੋ ਮਚ। ਮੂਵੀ ਜਾਏਗੀ ਇਹ ਹਿੱਟ, ਲਾਟੂ ਜਗਣਗੇ 16 ਤਰੀਕ ਨੂੰ। ਸੋ ਤੁਸੀਂ ਵੀ ਜ਼ਰੂਰ ਜਾਇਓ ਥੀਏਟਰ ਦੇ ਵਿੱਚ, ਜਗਾਈਓ ਸਾਰੇ ਲਾਟੂ। ਮੈਮ ਸਭ ਪਹਿਲੇ ਤੋਂ ਮੈਂ ਕੋਂਗਰੈਚੁਲੇਟ ਕਰਨਾ ਚਾਹੂੰਗੀ, ਮੂਵੀ ਕਾ ਜੋ ਟ੍ਰੇਲਰ ਹੈ ਬਹੁਤ ਕਮਾਲ ਕਾ ਹੈ, ਔਰ ਇੱਕ ਬਹੁਤ ਖੂਬਸੂਰਤ ਸੀ ਸਟੋਰੀ ਲਾਈਨ ਕੇ ਸਾਥ, ਮੈਂ ਕਹਿ ਸਕਤੀ ਹੂੰ ਬਹੁਤ ਕਿਊਟ ਸੀ ਲਵ ਸਟੋਰੀ ਕੇ ਸਾਥ ਆਪਣੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਮੁੱਦਾ ਦਰਸਾਇਆ ਹੈ ਕਿ ਕਿਸ ਤਰ੍ਹਾਂ ਪੰਜਾਬ ਕੇ ਗਾਓਂ ਤੱਕ ਬਿਜਲੀ ਪਹੁੰਚੀ, ਔਰ ਇਸਕੇ ਲਈ ਬਹੁਤ ਬਹੁਤ ਕੋਂਗਰੈਚੁਲੇਸ਼ਨਸ ਆਪਕੋ। ਔਰ ਮੈਮ ਮੈਂ ਇਹ ਪੁੱਛਣਾ ਚਾਹੂੰਗੀ ਕਿ ਆਪਕਾ ਇਸ ਮੂਵੀ ਮੇਂ ਕਿਸ ਤਰ੍ਹਾਂ ਕਾ ਕੈਰੇਕਟਰ ਹੈ, ਆਪ ਵਿਊਅਰਸ ਕੋ ਪਲੀਜ਼ ਬਤਾਏ। ਇਹ 1960 ਦੇ ਦਹਾਕੇ ਦੀ ਫਿਲਮ ਹੈਗੀ, ਅਤੇ ਉਦੋਂ ਪੰਜਾਬ ਦੀਆਂ ਮਾਵਾਂ ਕਿਵੇਂ ਦੀਆਂ ਹੁੰਦੀਆਂ ਸੀ, ਕਿੰਨਾ ਕੁ ਪਤੀ ਦਾ ਖੌਫ, ਕਿੰਨਾ ਕੁ ਪੁੱਤਾਂ ਦੇ ਨਾਲ ਮੋਹ, ਅਤੇ ਕਿੰਨਾ ਕੁ ਘਰ ਪਰਿਵਾਰ ਨੂੰ ਸਿਰਜਣਾ, ਸਾਂਭਣਾ, ਸਵਾਰਨਾ, ਉਹ ਸਾਰਾ ਕੁਛ ਹੀ ਆ। ਅਤੇ ਬੇਸਿਕਲੀ ਲਵਿੰਗ ਮਦਰ ਆ ਮੈਂ, ਜਿਹੜਾ ਕਿ ਮੇਰਾ ਆਪਣਾ ਇੱਕ ਇਹੋ ਜਿਹਾ ਕਿਰਦਾਰ ਜਿਹਨੂੰ ਤੁਸੀਂ ਹਮੇਸ਼ਾ ਪਸੰਦ ਕਰਦੇ ਹੋ, ਅਤੇ ਉਹ ਲਾਹੌਰ ਦੀ ਆ, ਅਤੇ ਮੇਰਾ ਐਕਸੈਂਟ ਜਿਹੜਾ ਇਸ ਫਿਲਮ ਦੇ ਵਿੱਚ ਥੋੜ੍ਹਾ ਜਿਹਾ ਅਲੱਗ ਤਰ੍ਹਾਂ ਦਾ ਤੁਹਾਨੂੰ ਦੇਖਣ ਨੂੰ ਮਿਲੇਗਾ। ਬਾਕੀ ਮੇਰੀਆਂ ਸਾਰੀਆਂ ਹੀ ਅਦਾਕਾਰੀ ਦੇ ਉਹ ਸਾਰੇ ਰੰਗ ਖੂਬਸੂਰਤੀਆਂ ਜਿਹੜੀਆਂ ਉਹ ਹਾਜ਼ਰ ਨੇ ਇਸ ਫਿਲਮ 'ਚ। ਮੈਮ ਮੈਂ ਚਾਹੂੰਗੀ ਆਪ ਇਸ ਫਿਲਮ ਕਾ ਕੋਈ ਇੱਕ ਫੇਵਰੇਟ ਡਾਇਲੋਗ ਜੋ ਹੈ ਉਹ ਦਰਸ਼ਕੋ ਕੋ ਜ਼ਰੂਰ ਸੁਣਾ ਕੇ ਬਤਾਏ। ਮੈਨੂੰ ਲੱਗਦਾ ਕਿ ਫਿਲਮ ਤੋਂ ਬਾਅਦ ਜੇ ਤੁਸੀਂ ਮੈਨੂੰ ਕਹੋਗੇ ਤਾਂ ਮੈਂ ਜ਼ਰੂਰ ਸੁਣਾਊਂਗੀ, ਕਿਉਂਕਿ ਅਜੇ ਫਿਲਮ ਰਿਲੀਜ਼ ਹੋਣੀ ਆ, ਅਤੇ ਟ੍ਰੇਲਰ ਦੇ ਵਿੱਚ ਤੁਸੀਂ ਮੇਰਾ ਇੱਕ ਡਾਇਲੋਗ ਸੁਣ ਹੀ ਲਿਆ, ਉਹ ਰੰਗ ਤੁਸੀਂ ਦੇਖ ਹੀ ਲਿਆ, ਅਤੇ ਅਸਾਂ ਤਾਂ ਫਿਰ ਤੁਹਾਨੂੰ ਇਹੀ ਕਹਿਣਾ ਹੈ ਕਿ ਫਿਰ ਫਿਲਮ ਦੇਖਣ ਆਓ ਨਾ। ਚੀਜ਼ ਮੈਮ ਮੈਂ ਆਪਸੇ ਔਰ ਪੁੱਛਣਾ ਚਾਹੂੰਗੀ ਕਿ ਆਪਣੇ ਆਪਣੇ ਫੈਨਸ ਕੋ ਔਰ ਜੋ ਵੀ ਲੋਕ ਪੰਜਾਬੀ ਫਿਲਮ ਇੰਡਸਟਰੀ ਕੋ ਬਹੁਤ ਪਿਆਰ ਕਰਤੇ ਹੈ, ਉਨਕੋ ਇੱਕ ਸਰਪ੍ਰਾਈਜ਼ ਦਿਆ ਥਾ ਯਮਲਾ ਪਗਲਾ ਦੀਵਾਨਾ ਫਿਰ ਸੇ ਮੈਂ, ਆਪਕਾ ਇੱਕ ਬਹੁਤ ਹੀ ਖੂਬਸੂਰਤ ਰੋਲ ਹੈ, ਬਹੁਤ ਹੀ ਕਮਾਲ ਕੀ ਕੋਮਿਕ ਟਾਈਮਿੰਗ ਹੈ, ਔਰ ਉਸਮੇ ਸੇ ਇੱਕ ਡਾਇਲੋਗ ਮੇਰਾ ਖੁਦ ਕਾ ਪਰਸਨਲ ਫੇਵਰੇਟ ਹੈ ਜੋ ਮੈਂ ਚਾਹੂੰਗੀ ਕਿ ਆਪ ਬਤਾਏ। ਜਬ ਧਰਮੇਂਦਰ ਜੀ ਆਪਸੇ ਕੋਰਟ ਮੇਂ ਖੜੇ ਹੋ ਕਰ ਇਹ ਸਵਾਲ ਪੁੱਛਤੇ ਹੈ ਕਿ ਆਪਨੇ ਕਿਆ ਕਿਆ ਦੇਖਾ, ਤੋ ਮੈਂ ਚਾਹੂੰਗੀ ਕਿ ਆਪ ਵਿਊਅਰਸ ਕੋ ਉਸਕਾ ਜਵਾਬ ਦੇਂ। ਉਹ ਮੈਂ ਦਿੱਲੀ ਕਾ ਆਗਰੇ ਕਾ ਮੈਂ ਤਾਜ ਮਹਿਲ ਦੇਖਾ ਹੈ, ਦਿੱਲੀ ਕਾ ਲਾਲ ਕਿਲ੍ਹਾ ਦੇਖਾ ਹੈ, ਔਰ ਮੈਂ ਵੋ ਜਾਮਾ ਮਸਜਿਦ ਵੀ ਦੇਖੀ ਹੈ। ਬਹੁਤ ਹੀ ਜ਼ਿਆਦਾ ਕਮਾਲ ਕੀ ਕੋਮਿਕ ਟਾਈਮਿੰਗ ਥੀ, ਕਿਉਂਕਿ ਉਸਮੇ ਧਰਮੇਂਦਰ ਜੀ ਜੋ ਹੈ ਵੋ ਪੁੱਛਤੇ ਹੈ ਕੋਰਟ ਮੇਂ ਖੜੇ ਕਰ ਕਰ ਵਾਰਦਾਤ ਸੇ ਰਿਲੇਟਡ ਕਿ ਆਪਨੇ ਕਿਆ ਕਿਆ ਦੇਖਾ, ਤੋ ਆਗੇ ਸੇ ਜੋ ਆਪਕਾ ਜਵਾਬ ਆਤਾ ਹੈ ਵੋ ਆਡੀਅੰਸ ਕੋ ਬਹੁਤ ਹੀ ਜ਼ਿਆਦਾ ਪਸੰਦ ਆਤਾ ਹੈ, ਥੀਏਟਰਸ ਮੇਂ ਸਭ ਹੂਟਿੰਗ ਕਰ ਰਹੇ ਹੋਤੇ ਹੈ, ਤੋ ਮੈਮ ਮੈਂ ਚਾਹੂੰਗੀ ਕਿ ਇੱਕ ਕੋਈ ਐਸੀ ਬਾਤ ਆ ਵਿਊਅਰਸ ਕੋ ਕਹੇ ਕਿ ਕਿਉਂ ਉਨ੍ਹੇ ਜਾ ਕਰ ਦੇਖਣੀ ਚਾਹੀਏ ਫਿਲਮ ਲਾਟੂ। ਜਦੋਂ ਅੰਗਰੇਜ਼ ਆਈ ਸੀ ਤਾਂ ਉਦੋਂ ਅੰਗਰੇਜ਼ ਨੂੰ ਦੇਖਣ ਤੋਂ ਬਾਅਦ ਸਾਡੀ ਜਨਰੇਸ਼ਨ ਨੂੰ ਪਤਾ ਲੱਗਾ ਸੀਗਾ ਕਿ ਪੁਰਾਣਾ ਪੰਜਾਬ ਕਿਵੇਂ ਦਾ ਹੁੰਦਾ, ਅਸੀਂ ਕਹਾਣੀਆਂ 'ਚ ਬਾਤਾਂ 'ਚ ਜਿੰਨਾ ਮਰਜ਼ੀ ਸੁਣਾ ਲਈਏ, ਬਟ ਜੋ ਉਹ ਦੇਖਦੇ ਨੇ ਉਹਦਾ ਅਸਰ ਜ਼ਿਆਦਾ ਹੁੰਦਾ। ਅਤੇ ਇਹ 1960 ਦੀ ਉਹ ਉਸ ਪੰਜਾਬ ਦੀ ਗਾਥਾ ਜਦੋਂ ਪੰਜਾਬ ਨੇ ਡਿਵੈਲਪਮੈਂਟ ਸ਼ੁਰੂ ਕੀਤੀ ਸੀ, ਜਦੋਂ ਕ੍ਰਾਂਤੀ ਆਉਣੀ ਸ਼ੁਰੂ ਹੋਈ ਸੀ। ਸੋ ਮੈਂ ਚਾਹੁੰਦੀ ਹਾਂ ਕਿ ਉਦੋਂ ਵਾਲਾ ਪੰਜਾਬ ਜਿਹੜਾ ਉਹਦੇ ਨਾਲ ਵੀ ਸਾਡੀ ਸਾਰੀ ਜਨਰੇਸ਼ਨ ਨੂੰ ਰੂਬਰੂ ਹੋਣਾ ਚਾਹੀਦਾ, ਅਤੇ ਬਹੁਤ ਵਧੀਆ ਲੱਗੂਗਾ, ਤੁਹਾਨੂੰ ਬਹੁਤ ਮਜ਼ਾ ਆਊਗਾ, ਬਹੁਤ ਹੀ ਖੂਬਸੂਰਤ ਫਿਲਮ ਹੈ, ਫੈਮਿਲੀ ਨਾਲ ਦੇਖਣ ਵਾਲੀ, ਲਵ ਸਟੋਰੀ ਵੀ, ਕੋਮਿਕ ਵੀ, ਤੇ ਸਾਰੇ ਰੰਗ। ਸੋ ਹੁਣ ਮੇਰੇ ਨਾਲ ਉਹ ਖੜੇ ਨੇ ਜਿਨ੍ਹਾਂ ਨੇ ਲਾਟੂ ਮੂਵੀ ਦੇ ਵਿੱਚ ਗੁੱਸੇ ਵਾਲੇ ਪਿਓ ਦਾ ਰੋਲ ਪਲੇ ਕੀਤਾ। ਸੋ ਪਹਿਲੇ ਤਾਂ ਇੱਕ ਗੁੱਸੇ ਦੇ ਵਿੱਚ ਕੋਈ ਡਾਇਲੋਗ ਸੁਣਾ ਕੇ ਦਿਖਾਓ ਸਾਨੂੰ। ਇਸ ਤਰ੍ਹਾਂ ਜੀ, ਮੇਰਾ ਮਾਈਸੈਲਫ ਹਰਦੀਪ ਗਿੱਲ, ਔਰ ਮੈਨੂੰ ਖੁਸ਼ੀ ਹੈ ਕਿ ਮੈਂ ਲਾਟੂ ਵਰਗੀ ਇੱਕ ਜਿਹੜੀ ਬੜੀ ਮਿਆਰੀ ਫਿਲਮ ਹੈ ਉਹਦਾ ਇੱਕ ਹਿੱਸਾ। ਕਿਉਂਕਿ ਮੈਂ ਗੁੱਸੇ ਵਾਲਾ ਡਾਇਲੋਗ ਇਹਨਾਂ ਕੋਲ ਇਸ ਲਈ ਪੁੱਛ ਰਿਹਾ ਹੈਗਾ ਕਿਉਂਕਿ ਜਦੋਂ ਦੇ ਆਏ ਆ ਸਮਾਈਲ ਵਿੱਚ ਬੈਠੇ ਹੋਏ, ਮੈਂ ਇਹ ਦੇਖਣਾ ਚਾਹੁੰਦਾ ਗੁੱਸੇ ਵਾਲੇ ਫੇਸ ਦੇ ਵਿੱਚ ਸਾਨੂੰ ਕਿਹੜਾ ਡਾਇਲੋਗ ਸੁਣਾਉਣਗੇ ਇਸ ਲਾਟੂ ਮੂਵੀ ਦਾ ਹੀ। ਨਹੀਂ, ਗੁੱਸੇ ਵਾਲੇ ਡਾਇਲੋਗ ਤੁਸੀਂ ਬਹੁਤ ਹੈਗੇ ਨੇ, ਬਟ ਮੈਂ ਸੋਚਦਾ ਕਿ ਤੁਸੀਂ ਸਿਨੇਮੇ 'ਚ ਦੇਖੋ ਤਾਂ ਜ਼ਿਆਦਾ ਵਧੀਆ ਲੱਗਣਗੇ, ਕਿਉਂਕਿ ਹੁਣ ਮੇਰੀ ਜਿਹੜੀ ਗੈਟਅਪ ਆ ਉਹ ਬੜੀ ਸ਼ਰੀਫਾਂ ਵਾਲੀ ਹੈ ਗੁੱਸੇ ਵਾਲੀ ਨੇ, ਇਸੇ ਲਈ ਮੈਂ ਜਾਣ ਕੇ ਕਿਹਾ ਸੀ ਗੁੱਸੇ ਵਾਲੇ ਡਾਇਲੋਗ। ਸੋ ਲਾਟੂ ਮੂਵੀ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਲਾਟੂ ਬੜੀ ਅੱਛੀ ਮੂਵੀ ਹੈ ਜੀ, ਮਾਨਵ ਸ਼ਾਹ ਹੋਰਾਂ ਦੀ ਇਹ ਪਲੇਟੀ ਫਿਲਮ ਹੈ, ਔਰ ਗਗਨ ਕੋਕਰੀ ਹੁਣੀ ਇਹਦੇ 'ਚ ਡੈਬਿਊ ਕਰ ਰਹੇ ਨੇ, ਔਰ ਬੜੀ ਬਾ ਕਮਾਲ ਫਿਲਮ ਹੈ। 1960 ਦੇ ਦਹਾਕੇ ਦੇ ਵਿੱਚ ਦੀ ਬਣੀ ਹੋਈ ਇਹ ਫਿਲਮ ਹੈ, ਔਰ ਇਸ ਫਿਲਮ ਦੇ ਵਿੱਚ ਜਿਵੇਂ ਮੈਂ ਅੱਗੇ ਗੱਲ ਕੀਤੀ ਸੀ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਜਾਂ ਆਪਣੀ ਜਨਰੇਸ਼ਨ ਨੂੰ ਉਹ ਦੇਣਾ ਭੁੱਲ ਜਾਂਦੇ ਹਾਂ ਜੋ ਸਾਨੂੰ ਮਿਲਿਆ, ਜੋ ਸਾਨੂੰ ਨਹੀਂ ਮਿਲਿਆ ਉਹ ਦੇਣਾ ਦਿੰਦੇ ਹਾਂ, ਪਰ ਜੋ ਸਾਨੂੰ ਨਹੀਂ ਮਿਲਿਆ ਹੁੰਦਾ ਉਹ ਦੇਣਾ ਭੁੱਲ ਜਾਂਦੇ ਹਾਂ। ਕਿਉਂਕਿ ਮੈਨੂੰ ਯਾਦ ਹੈ ਕਿ ਮੇਰਾ ਬੇਟਾ ਉਹ ਮੈਨੂੰ ਅਕਸਰ ਕਹਿੰਦਾ ਸੀ ਕਿ ਪਾਪਾ ਤੁਸੀਂ ਕਿਹੜਾ ਕੋਈ ਕੰਮ ਕਰਦੇ ਹੋ, ਤੁਸੀਂ ਤਾਂ ਬੈਂਕ 'ਚੋਂ ਜਾ ਕੇ ਪੈਸੇ ਲੈ ਆਉਂਦੇ ਹੋ, ਉਹਨੂੰ ਇਹ ਨਹੀਂ ਪਤਾ ਕਿ ਬੈਂਕ 'ਚ ਪਹਿਲਾਂ ਪੈਸੇ ਰੱਖਣੇ ਵੀ ਪੈਂਦੇ ਆ। ਸੋ ਇਸੇ ਤਰ੍ਹਾਂ ਸਾਡੀ ਜਿਹੜੀ ਜਨਰੇਸ਼ਨ ਹੈ ਉਹਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਪਹਿਲੀ ਵਾਰੀ ਬਿਜਲੀ ਆਈ ਸੀ, ਇਲੈਕਟ੍ਰੀਸਿਟੀ ਆਈ ਸੀ, ਤਾਂ ਉਹ ਕਿੱਦਾਂ ਆਈ ਸੀ। ਫਿਰ ਇਸ ਫਿਲਮ ਦੇ ਵਿੱਚ ਇੱਕ ਹੋਰ ਜਿਹੜੀ ਖੂਬਸੂਰਤ ਗੱਲ ਹੈ, ਕਿਉਂਕਿ ਇਹਦੇ ਵਿੱਚ ਇੱਕ ਇਸ਼ਕ ਦੀ ਕਹਾਣੀ ਹੈ, ਔਰ ਇਸ਼ਕ ਦੇ ਵਿੱਚ ਇਸ਼ਕ ਦੀ ਜਿਹੜੀ ਸਭ ਤੋਂ ਵੱਡੀ ਸ਼ਰਤ ਹੁੰਦੀ ਹੈ ਜ਼ਿੱਦ, ਬੰਦੇ ਦਾ ਜ਼ਿੱਦੀ ਹੋਣਾ, ਜਿਹੜਾ ਬੰਦਾ ਜ਼ਿੱਦੀ ਨਹੀਂ ਹੈ ਉਹ ਇਸ਼ਕ ਨਹੀਂ ਕਰ ਸਕਦਾ। ਸੋ ਉਹ ਇਸ਼ਕ ਦੀ ਜ਼ਿੱਦ ਪਕਾਉਣ ਵਾਸਤੇ
ਜਿਹੜੀਆਂ ਹੈਗੀਆਂ ਨੇ ਪਰਿਸਥਿਤੀਆਂ ਜਿਨ੍ਹਾਂ ਦੇ ਵਿੱਚ ਜਾ ਕੇ ਅਤੇ ਫਿਰ ਇਹ ਫਿਲਮ ਜਿਹੜੀ ਹੈ ਸੰਪਨ ਹੁੰਦੀ ਹੈ ਇੱਕ ਹਾਸੇ ਠੱਠੇ ਦੇ ਮਾਹੌਲ ਦੇ ਵਿੱਚ, ਇੱਕ ਬੜੇ ਪੁਰਾਣੀਆਂ ਕਦਰਾਂ ਕੀਮਤਾਂ ਉਹ ਸੰਸਕ੍ਰਿਤ ਉਹ ਜਿਹੜੀ ਸਾਡੇ ਸਾਂਝੀ ਰਹਿਤਲ ਹੈ ਉਹਦਾ ਖੂਬਸੂਰਤ ਨਮੂਨਾ ਹੈ। ਸੋ 16 ਤਰੀਕ ਨੂੰ ਲੱਗ ਰਹੀ ਹੈ ਮੂਵੀ ਲਾਟੂ, ਤੁਸੀਂ ਵੀ ਜ਼ਰੂਰ ਦੇਖਣ ਜਾਇਓ ਥੀਏਟਰ ਦੇ ਵਿੱਚ ਲਾਟੂ, ਅਤੇ ਅਸੀਂ ਆਵਾਂਗੇ 16 ਤਰੀਕ ਨੂੰ ਹੀ ਮੂਵੀ ਲਾਟੂ ਦੇ ਪਬਲਿਕ ਰਿਵਿਊ ਲੈ ਕੇ newsnumber.com 'ਤੇ। ਥੈਂਕ ਯੂ ਸੋ ਮਚ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ ਜੀ, ਧੰਨਵਾਦ ਜੀ। ਸੋ ਦੋਸਤੋ ਜ਼ਰੂਰ ਦੇਖਿਓ ਕਿਉਂਕਿ ਅੱਜ ਪੰਜਾਬੀ ਦਾ ਸਿਨੇਮਾ ਹੱਦਾਂ ਸਰਹੱਦਾਂ ਤੋਂ ਪਾਰ ਦੂਰ ਦੂਰ ਤੱਕ ਫੈਲਿਆ ਹੋਇਆ, ਔਰ 16 ਨਵੰਬਰ ਨੂੰ ਦੇਖਣਾ ਨਾ ਭੁੱਲਿਓ ਲਾਟੂ।